ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਦਾ ਸੁਭਾਅ ਸਿੱਧੇ ਤੌਰ ਤੇ ਪੰਜ ਤੱਤਾਂ ਤੇ ਨਿਰਭਰ ਕਰਦਾ ਹੈ, ਪਰ ਬਾਣੀ ਵਿੱਚ ਇੰਨੀ ਤਾਕਤ ਹੈ ਕਿ ਇਹ ਤੱਤਾਂ ਨੂੰ ਵੀ ਬਦਲਾ ਸਕਦੀ ਹੈ, ਕਿਸੇ ਦੂਸਰੇ ਸਰੀਰ ਦੇ ਮਨ ਦੇ ਖਿਆਲਾਂ ਨੂੰ ਵੀ ਬਦਲਾ ਸਕਦੀ ਹੈ, ਜਾਂ ਇਸ ਨੂੰ ਇੰਜ ਕਹਿ ਲਈਏ ਕਿ ਅਸੁਰ ਬਿਰਤੀ ਦੇ ਖਿਆਲਾਂ ਨੂੰ ਬਦਲਾ ਕੇ ਦੇਵ ਬਿਰਤੀ ਦੇ ਖਿਆਲ ਬਣਾਉਂਦੀ ਹੈ। ਦੇਵ ਬਿਰਤੀ ਭਾਵ ਦਇਆ, ਤੀਰਜ, ਸੱਤ ਸੰਤੋਖ, ਖਿਮਾ, ਕਿਸੇ ਦਾ ਸਵਾਰ ਕੇ ਮਨ ਨੂੰ ਖੁਸ਼ੀ ਮਿਲਣੀ, ਅਤੇ ਅਸੁਰ ਬਿਰਤੀ ਰਾਕਸ਼ਾਂ ਵਾਲੇ ਗੁਣ, ਇਸ ਨੂੰ ਕਾਂ ਬਿਰਤੀ ਵੀ ਕਿਹਾ ਜਾਂਦਾ ਹੈ। ਕਾਂ ਨੂੰ ਚੰਗਾ ਪੰਛੀ ਨਹੀਂ ਗਿਣਿਆ ਜਾਂਦਾ, ਇਹ ਬਹੁਤ ਚਲਾਕ, ਚੁਸਤ, ਮਤਲਬੀ, ਕਿਸੇ ਦਾ ਹੱਕ ਖੋ ਕੇ ਖਾਣ ਵਾਲਾ ਅਤੇ ਦੂਜਿਆਂ ਨੂੰ ਦੁੱਖ ਦੇ ਕੇ ਖੁਸ਼ ਹੋਣ ਵਾਲਾ ਹੈ। ਤੁਸੀਂ ਕਦੀ ਨੋਟ ਕਰੋ ਕਿ ਗਾਂ ਦੇ, ਮੱਝ ਦੇ ਜਾਂ ਖੋਤੇ ਦੇ ਪੇਟ ਤੇ ਕੋਈ ਜ਼ਖਮ ਹੋਵੇ ਤਾਂ ਕਾਂ ਉਸ ਦੇ ਜ਼ਖਮ ਵਿੱਚ ਠੂੰਗੇ ਮਾਰਦਾ ਹੈ, ਉਸ ਦੀਆਂ ਆਂਤਰਾਂ ਵਿੱਚ ਚੁੰਝਾਂ ਮਾਰਦਾ ਹੈ। ਉਸ ਨੂੰ ਤਕਲੀਫ ਹੁੰਦੀ ਹੈ ਤਾਂ ਕਾਂ ਉਸ ਦੀਆਂ ਆਂਤਰਾਂ ਖਾ ਕੇ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕਦੀ ਸੰਗਤ ਨਹੀਂ ਕੀਤੀ ਜਾਂ ਬਾਣੀ ਨਾਲ ਨਹੀਂ ਜੁੜੇ, ਕਾਂ ਬਿਰਤੀ ਦੇ ਹੁੰਦੇ ਹਨ, ਚਲਾਕ, ਚੁਸਤ, ਮਤਲਬੀ, ਦੂਸਰੇ ਦਾ ਹੱਕ ਖੋ ਕੇ ਖਾਣ ਵਾਲੇ, ਦੂਸਰਿਆਂ ਨੂੰ ਦੁੱਖ ਤਕਲੀਫ ਦੇ ਕੇ ਖੁਸ਼ ਹੁੰਦੇ ਹਨ। ਦੁਨੀਆ ਭਰੀ ਪਈ ਹੈ ਐਸੀ ਬਿਰਤੀ ਦੇ ਲੋਕਾਂ ਨਾਲ, ਰਿਸ਼ਤੇਦਾਰੀ ਵਿੱਚ, ਆਂਢ ਗੁਆਂਢ ਵਿੱਚ ਕਿਸੇ ਨਾਲ ਲੱਗਦੀ ਹੋਵੇ ਜਾਂ ਕਿਸੇ ਕਾਰਨ ਤੋਂ ਆਪਸ ਵਿੱਚ ਝਗੜਾ ਹੋ ਜਾਵੇ। ਇਹੀ ਹੁੰਦਾ ਹੈ ਕਿ ਦੂਸਰੇ ਨੂੰ ਥੱਲੇ ਕਿਵੇਂ ਲਾਉਣਾ ਹੈ, ਦੂਸਰੇ ਨੂੰ ਕਿਵੇਂ ਨਿਵਾਂ ਦਿਖਾਉਣਾ ਹੈ, ਦੂਸਰੇ ਨੂੰ ਦੁੱਖ ਕਿਵੇਂ ਦੇਣਾ ਹੈ। ਐਸੀ ਬਿਰਤੀ ਵਾਲਾ ਬੰਦਾ ਹਰ ਤਰ੍ਹਾਂ ਦਾ ਹੀਲਾ ਵਸੀਲਾ ਵਰਤਦਾ ਹੈ, ਦੂਸਰੇ ਨੂੰ ਦੁੱਖ ਤਕਲੀਫ ਪਹੁੰਚਾ ਕੇ ਐਸੀ ਬਿਰਤੀ ਵਾਲੇ ਨੂੰ ਖੁਸ਼ੀ ਮਿਲਦੀ ਹੈ। ਪਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਜਿੰਨਾ ਵੀ ਧੰਨ ਕਹੀਏ ਥੋੜਾ ਹੈ, ਕਈ ਵਾਰੀ ਤਾਂ ਇੰਨਾ ਪਿਆਰ ਆਉਂਦਾ ਹੈ ਕਿ ਸਰੀਰ ਦਾ ਇੱਕ ਇੱਕ ਪੋਟਾ ਵੀ ਉਹਨਾਂ ਤੋਂ ਕੁਰਬਾਨ ਹੋ ਜਾਵੇ, ਉਹ ਵੀ ਥੋੜਾ ਹੈ ਜੋ ਇੰਨੀ ਬਖਸ਼ਿਸ਼ ਵਾਲੀ ਬਾਣੀ ਦੀ ਦਾਤ ਸਾਨੂੰ ਬਖਸ਼ੀ ਹੈ। ਤੁਸੀਂ ਕਿਸੇ ਕੋਲੋਂ ਵੀ ਬਹੁਤ ਤੰਗ ਹੋ, ਸਮਝਾਉਣ ਤੇ ਵੀ ਨਹੀਂ ਸਮਝਦਾ, ਉਸ ਦਾ ਬੁਰਾ ਨਾ ਕਰੋ। ਸੁਖਮਨੀ ਸਾਹਿਬ ਦੀ ਬਾਣੀ ਦਾ ਨੇਮ ਦਾ ਦਿਓ ਤਾਂ ਗੁਰੂ ਦੀ ਡਿਊਟੀ ਲੱਗ ਜਾਂਦੀ ਹੈ ਉਸ ਦੇ ਮਨ ਦੇ ਖਿਆਲ ਬਦਲਾਉਣ ਦੀ। ਜਿਸ ਕੋਲੋਂ ਤੁਸੀਂ ਉਸਦੀ ਅਸੁਰ ਬੁਰਤੀ ਦੇ ਖਿਆਲਾਂ ਕਰਕੇ ਤੰਗ ਹੋ, ਸੁਖਮਨੀ ਸਾਹਿਬ ਦੀ ਬਾਣੀ ਉਸਦਾ ਮਨ ਤੁਹਾਡੇ ਲਈ ਬਦਲਾਈ ਜਾਵੇਗੀ, ਉਸਦੇ ਖਿਆਲ ਦੇ ਬਿਰਤੀ ਦੇ ਬਣੀ ਜਾਣਗੇ। ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਕਿਸ ਤਰ੍ਹਾਂ ਇੱਕ ਪਿਤਾ ਦਾ ਮਨ ਬਦਲਿਆ। ਇੱਕ ਬੜੀ ਹੀ ਪਿਆਰੀ ਸਾਖੀ। ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਵਰਜੀਨੀਆ ਦਾ ਲੜਕਾ ਜਿਸ ਦਾ ਕਿ ਰਿਸ਼ਤਾ ਹੋਇਆ ਸੀ, ਕਲਯੁੱਗ ਦਾ ਸਮਾਂ ਹੈ, ਕਈਆਂ ਨੂੰ ਦੂਜੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ। ਲੜਕੇ ਦੇ ਪਿਤਾ ਦੇ ਕਿਸੇ ਨੇ ਕੰਨ ਭਰ ਦਿੱਤੇ ਕਿ ਤੂੰ ਜਿਸ ਨੂੰ ਕੁੜਮ ਬਣਾ ਲਿਆ ਹੈ, ਉਹ ਤਾਂ ਤੇਰੀ ਬਰਾਬਰੀ ਦਾ ਹੀ ਨਹੀਂ, ਮਾਇਆ ਵੱਲੋਂ, ਅਹੁਦੇ ਵੱਲੋਂ ਕੱਲ ਨੂੰ ਤੇਰੇ ਰਿਸ਼ਤੇਦਾਰ ਸੰਬੰਧੀਆਂ ਵਿੱਚ ਤੇਰੀ ਕੀ ਇੱਜ਼ਤ ਰਹੇਗੀ। ਹੁਣ ਜੇ ਲੜਕੀ ਦਾ ਪਿਤਾ ਗੁਰਮੁਖ ਹੁੰਦਾ ਤਾਂ ਐਸੀਆਂ ਗੱਲਾਂ ਦਾ ਅਸਰ ਉਸ ਉੱਤੇ ਨਾ ਹੁੰਦਾ, ਕਿਉਂਕਿ ਗੁਰਮੁਖ ਐਸੀਆਂ ਗੱਲਾਂ ਤੋਂ ਉਤਾਂਹ ਉੱਠ ਜਾਂਦਾ ਹੈ, ਉਹ ਨਿਰੰਕਾਰੀ ਪਹਿਰੇ ਵਿੱਚ ਜਿਉਂਦਾ ਹੈ, ਨਿਰੰਕਾਰ ਲਈ ਜਿਉਂਦਾ ਹੈ, ਉਸ ਦੀਆਂ ਦੁਨਿਆਵੀ ਭੁੱਖਾਂ, ਦੁਨਿਆਵੀ ਖਾਹਿਸ਼ਾਂ ਖਤਮ ਹੋ ਜਾਂਦੀਆਂ ਹਨ, ਇੱਕੋ ਨਾਮ ਆਧਾਰ ਬਣ ਜਾਂਦਾ ਹੈ। ਜਦਕਿ ਆਮ ਬੰਦਾ ਸੰਸਾਰਿਕ ਪਹਿਰੇ ਵਿੱਚ ਜਿਉਂਦਾ ਹੈ, ਉਸ ਅੰਦਰ ਦੁਨਿਆਵੀ ਭੁੱਖਾਂ ਹੁੰਦੀਆਂ ਹਨ, ਸੋਭਾ ਦੀ ਭੁੱਖ, ਵਾਹ ਵਾਹ ਦੀ ਭੁੱਖ, ਮਾਇਆ ਦੀ ਭੁੱਖ, ਕਿਧਰੋਂ ਕਿਸੇ ਵੇਲੇ ਮਾਨ ਇੱਜ਼ਤ ਨਾ ਮਿਲੇ ਜਾਂ ਸੇਵਾ ਮਨ ਮਰਜ਼ੀ ਦੀ ਨਾ ਹੋਵੇ, ਤਾਂ ਸੰਸਾਰੀ ਪਹਿਰੇ ਵਿੱਚ ਜਿਉਣ ਵਾਲੇ ਕੋਲੋਂ ਐਸੀਆਂ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ।
ਲੜਕੇ ਦਾ ਪਿਤਾ ਵੀ ਸੰਸਾਰੀ ਬਿਰਤੀ ਦਾ ਸੀ। ਉਸ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ, ਜਦ ਕਿ ਨਿਰੰਕਾਰੀ ਬਿਰਤੀ ਹੁੰਦੀ ਤਾਂ ਇਧਰੋਂ ਗੱਲ ਸੁਣੀ ਤਾਂ ਉਧਰੋਂ ਕੱਢ ਦੇਣੀ ਸੀ। ਹੁਣ ਲੜਕੇ ਦੇ ਪਿਤਾ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਅਤੇ ਉਸਨੇ ਆਪਣੇ ਘਰਦਿਆਂ ਨੂੰ ਕਹਿ ਦਿੱਤਾ ਕਿ ਅਸੀਂ ਇਹ ਰਿਸ਼ਤਾ ਤੋੜ ਦੇਣਾ ਹੈ, ਕਿਉਂਕਿ ਲੜਕੀ ਵਾਲੇ ਸਾਡੀ ਬਰਾਬਰੀ ਦੇ ਨਹੀਂ ਹਨ। ਪਰ ਸਬਬ ਐਸਾ ਬਣਿਆ ਕਿ ਲੜਕਾ ਵੀ ਚਾਹੁੰਦਾ ਸੀ ਕਿ ਉਸੇ ਥਾਂ ਤੇ ਹੀ ਰਿਸ਼ਤਾ ਹੋਵੇ ਅਤੇ ਲੜਕੇ ਦੀ ਮਾਂ ਵੀ ਇਹੀ ਚਾਹੁੰਦੀ ਸੀ। ਲੜਕੀ ਵਾਲੇ ਵੀ ਰਾਜੀ ਸਨ, ਪਰ ਇੱਕ ਲੜਕੇ ਦਾ ਪਿਤਾ ਜਿੱਦ ਕਰ ਬੈਠ ਗਿਆ ਕਿ ਮੈਂ ਆਪਣੇ ਲੜਕੇ ਦਾ ਰਿਸ਼ਤਾ ਇੱਥੇ ਨਹੀਂ ਕਰਨਾ। ਕੁਦਰਤੀ ਲੜਕੀ ਦੇ ਪਰਿਵਾਰ ਨੂੰ ਕਿਸੇ ਗੁਰਮੁਖ ਕਮਾਈ ਵਾਲੇ ਸੱਚੇ ਸੰਤ ਮਹਾਂਪੁਰਸ਼ਾਂ ਦਾ ਸੰਗ ਹੋ ਗਿਆ। ਜਦੋਂ ਉਹਨਾਂ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਾਰੀ ਗੱਲ ਸੁਣਾਈ ਕਿ ਇਸ ਤਰ੍ਹਾਂ ਰਿਸ਼ਤਾ ਪੱਕਾ ਹੋ ਗਿਆ ਹੈ, ਅਰਦਾਸ ਵੀ ਹੋ ਗਈ ਹੈ, ਸਾਰੇ ਰਾਜੀ ਹਨ, ਪਰ ਲੜਕੇ ਦੇ ਪਿਤਾ ਨੇ ਇਨਕਾਰ ਕਰ ਦਿੱਤਾ ਹੈ ਅਤੇ ਉਹ ਰਿਸ਼ਤਾ ਤੋੜਨਾ ਚਾਹੁੰਦਾ ਹੈ। ਉਸ ਗੁਰਮੁਖ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਜਿਨ੍ਹਾਂ ਨੇ ਆਪਣੀ ਬਿਰਥਾ ਸੁਣਾਈ ਸੀ ਆਖਿਆ ਕਿ ਆਪਣੇ ਨਿਤਨੇਮ ਤੋਂ ਇਲਾਵਾ ਪੰਜ ਪਾਠ ਸੁਖਮੀ ਸਾਹਿਬ ਦੇ ਰੋਜ਼ ਕਰਿਆ ਕਰੋ। 7 ਦਿਨ ਬਾਅਦ ਜਾਂ 5 ਦਿਨ ਜਾਂ 13 ਦਿਨ ਬਾਅਦ ਕੋਈ ਵੀ ਮਿੱਥ ਲਵੋ, ਦੇਗ ਕਰਾ ਕੇ ਗਲ ਵਿੱਚ ਪੱਲਾ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰੋ ਕਿ ਸਤਿਗੁਰੂ, ਇਹ ਸਿੰਘ ਜਿੱਦ ਤੇ ਅੜਿਆ ਪਿਆ ਹੈ ਕਿ ਮੈਂ ਬੱਚਿਆਂ ਦਾ ਰਿਸ਼ਤਾ ਤੋੜਨਾ ਹੈ, ਬਾਕੀ ਦੋਵੇਂ ਪਰਿਵਾਰ ਦੇ ਮੈਂਬਰ ਰਾਜੀ ਹਨ, ਤੁਸੀਂ ਕਿਰਪਾ ਕਰੋ ਕੋਈ ਬਿੱਦ ਬਣਾਓ ਅਤੇ ਉਸ ਦਾ ਮਨ ਬਦਲਾ ਦਿਓ। ਉਹਨਾਂ ਪਰਿਵਾਰ ਵਾਲਿਆਂ ਨੇ ਮਨ ਵਿੱਚ ਧਾਰਿਆ ਕਿ 7 ਦਿਨ ਇੰਜ ਹੀ ਹਾਜ਼ਰੀ ਲਗਾਉਣੀ ਹੈ। 5 ਪਾਠ ਰੋਜ਼ ਦੇ ਵੱਧ ਕਰਕੇ ਹਫ਼ਤੇ ਬਾਅਦ ਜਦੋਂ ਅਰਦਾਸ ਕਰਵਾਈ ਤਾਂ ਦੇਖੋ ਗੁਰੂ ਬਿੱਦ ਕਿਸ ਤਰ੍ਹਾਂ ਬਣਾਉਂਦਾ ਹੈ। ਉਹਨਾਂ ਪਰਿਵਾਰ ਵਾਲਿਆਂ ਨੇ ਮਨ ਵਿੱਚ ਧਾਰਿਆ ਕਿ 7 ਦਿਨ ਇੰਜ ਹਾਜ਼ਰੀ ਲਗਾਉਣੀ ਹੈ ਅਤੇ ਉਹ ਪਰਿਵਾਰ ਨੇਮ ਨਾਲ ਪਾਠ ਅਤੇ ਅਰਦਾਸ ਕਰਦਾ ਪਿਆ ਸੀ। 4 ਦਿਨ ਸੀ ਅਰਦਾਸ ਦਾ ਅਤੇ ਲੜਕੇ ਦੇ ਪਿਤਾ ਨੂੰ ਹਾਰਟ ਦੀ ਤਕਲੀਫ ਹੋਈ, ਹਸਪਤਾਲ ਦਾਖਲ ਕਰਾਇਆ ਗਿਆ। ਹਾਰਟ ਦੇ ਮਰੀਜ਼ ਦਾ ਤਾਂ ਸਭ ਜਾਣਦੇ ਹਨ, ਕੋਈ ਪਤਾ ਨਹੀਂ, ਲੰਘ ਜਾਣ ਤਾਂ ਕਈ ਸਾਲ ਵੀ ਲੰਘ ਸਕਦੇ ਹਨ, ਨਾ ਲੰਘੇ ਤਾਂ ਇੱਕ ਮਿੰਟ ਵੀ ਨਹੀਂ ਲੱਗਦਾ। ਜਦੋਂ ਲੜਕੇ ਦੇ ਪਿਤਾ ਨੂੰ ਹਾਰਟ ਦੀ ਤਕਲੀਫ ਹੋਈ ਅਤੇ ਹਸਪਤਾਲ ਦਾਖਲ ਕਰਾਇਆ ਗਿਆ, ਉੱਥੇ ਇਲਾਜ ਚੱਲਦਾ ਪਿਆ ਸੀ, ਤਾਂ ਉਹ ਵਿਅਕਤੀ ਆਪਣੀ ਪਤਨੀ ਅਤੇ ਪੁੱਤਰ ਨੂੰ ਕਹਿੰਦਾ ਹੈ ਕਿ ਡਾਕਟਰਾਂ ਨੂੰ ਪੁੱਛੋ ਮੈਨੂੰ ਛੁੱਟੀ ਕਦੋਂ ਮਿਲਣੀ ਹੈ। ਤਾਂ ਪਰਿਵਾਰ ਵਾਲੇ ਨੇ ਦੱਸਿਆ ਕਿ ਅਜੇ ਤਾਂ 3-4 ਦਿਨ ਬਾਅਦ ਛੁੱਟੀ ਮਿਲੇਗੀ। ਉਹ ਵਿਅਕਤੀ ਮੰਜੇ ਤੇ ਲੰਮਾ ਪਿਆ ਪਿਆ ਅੱਖਾਂ ਵਿੱਚ ਅਥਰੂ ਭਰੇ ਹੋਏ ਅਤੇ ਕਹਿਣ ਲੱਗਾ ਕਿ ਜਦੋਂ ਮੈਨੂੰ ਛੁੱਟੀ ਮਿਲੇ ਤਾਂ ਮੈਂ ਪਹਿਲੇ ਆਪਣੇ ਘਰ ਨਹੀਂ ਜਾਣਾ। ਉਸਦੇ ਪਤਨੀ ਅਤੇ ਪੁੱਤਰ ਪੁੱਛਦੇ ਹਨ ਕਿ ਘਰ ਨਹੀਂ ਜਾਣਾ ਤਾਂ ਕਿੱਥੇ ਜਾਣਾ ਹੈ। ਤਾਂ ਉਹ ਵਿਅਕਤੀ ਕਹਿਣ ਲੱਗਾ ਕਿ ਮੈਂ ਇੱਥੋਂ ਹਸਪਤਾਲ ਤੋਂ ਛੁੱਟੀ ਹੋ ਜਾਵੇ ਤਾਂ ਸਿੱਧਾ ਆਪਣੇ ਕੁੜਮਾਂ ਦੇ ਘਰ ਜਾਣਾ ਹੈ, ਜਿਹੜਾ ਮੈਂ ਉਹਨਾਂ ਦਾ ਦਿਲ ਦੁਖਾਇਆ ਸੀ ਰਿਸ਼ਤਾ ਤੋੜਨ ਦੀ ਗੱਲ ਕਰਕੇ, ਉਸਦੀ ਮਾਫ਼ੀ ਮੰਗਣੀ ਹੈ। 4 ਦਿਨ ਬਾਅਦ ਜਦੋਂ ਹਸਪਤਾਲ ਤੋਂ ਉਸਦੀ ਛੁੱਟੀ ਹੋਈ ਤਾਂ ਉਹ ਪਹਿਲੇ ਆਪਣੇ ਕੁੜਮਾਂ ਦੇ ਘਰ ਗਿਆ ਅਤੇ ਜਾ ਕੇ ਆਪਣੇ ਕੁੜਮ ਨੂੰ ਗੱਲ ਲੱਗ ਕੇ ਮਿਲਿਆ ਅਤੇ ਕਹਿਣ ਲੱਗਾ ਤੁਸੀਂ ਤਾਂ ਮੇਰੀ ਬਾਹੋਂ, ਇਹ ਰਿਸ਼ਤਾ ਪੱਕਾ ਹੈ, ਇਹਨਾਂ ਬੱਚਿਆਂ ਦੀ ਸ਼ਾਦੀ ਜ਼ਰੂਰ ਹੋਵੇਗੀ। ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਹੈ ਕਿ ਜਿਹੜਾ ਵੀ ਇਸ ਬਾਣੀ ਦੀਆਂ ਬਖਸ਼ਿਸ਼ਾਂ ਨੂੰ ਪੜ੍ਹੇ ਉਹ ਇਸ ਪਵਿੱਤਰ ਬਾਣੀ ਨਾਲ ਜੁੜ ਜਾਵੇ, ਇਸ ਸੱਚੀ ਸੁੱਚੀ ਬਾਣੀ ਨਾਲ ਰੰਗਿਆ ਜਾਵੇ। ਜੋ ਬਖਸ਼ਿਸ਼ਾਂ ਗੁਰੂ ਸਾਹਿਬ ਨੇ ਇਸ ਪਵਿੱਤਰ ਬਾਣੀ ਵਿੱਚ ਕੀਤੀਆਂ ਹਨ ਉਹਨਾਂ ਨੂੰ ਅਸੀਂ ਜਾਣ ਸਕੀਏ, ਕਿਉਂਕਿ ਭਟਕਦਾ ਕੇਵਲ ਉਹੀ ਹੈ, ਦੂਸਰੇ ਬੂਹੇ ਕੇਵਲ ਉਹੀ ਖੜਕਾਉਂਦਾ ਹੈ ਜਿਸ ਨੂੰ ਗੁਰੂ ਨਾਨਕ ਦੇ ਘਰ ਦੇ ਹੀਰੇ ਲਾਲਾਂ ਦੀ ਪਛਾਣ ਨਹੀਂ, ਅਤੇ ਜਿਸ ਨੂੰ ਗੁਰੂ ਨਾਨਕ ਤੇ ਵਿਸ਼ਵਾਸ ਹੋਵੇ ਉਸਦੇ ਸਾਰੇ ਕਾਰਜ ਗੁਰੂ ਪਿਤਾ ਆਪ ਸਵਾਰਦੇ ਹਨ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਤੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ, ਤਿਸ ਸੇਵਕ ਕੈ ਹੋ ਬਲਹਾਰੈ, ਜੋ ਆਪਣੇ ਪ੍ਰਭ ਭਾਵੈ, ਤਿਸ ਕੀ ਸੋਏ ਸੁਨੀ ਮਨ ਹਰਿਆ,
ਤਿਸ ਨਾਨਕ ਪਰਸਨ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।